ਥਾਣਾ ਅਜਨਾਲਾ ਦੇ ਅਦੀਨ ਆਉਂਦੇ ਪਿੰਡ ਉਗਰ ਔਲਖ ਦੇ ਇੱਕ ਨੌਜਵਾਨ ਨੇ लवली ਪੁੱਤਰ ਹਰਜਿੰਦਰ ਕੁਮਾਰ ਨੇ ਥਾਣਾ ਅਜਨਾਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਦੀ ਮੈਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਹੋਰ ਵਿਅਕਤੀ ਵੱਲੋਂ ਮੇਰੇ ਘਰ ਜਾਣ ਕੇ ਗਾਲੀ ਗਲੋਚ ਕੀਤਾ ਤੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਫਾਇਰਿੰਗ ਵੀ ਕੀਤੀ ਗਈ ਹੈ ਇਸ ਮੋਕੇ ਗੱਲਬਾਤ ਕਰਦੇ लवली ਨੇ ਦੱਸਿਆ ਕਿ ਮੈਲਾ ਸਰਪੰਚ ਦੇ ਪਤੀ ਵੱਲੋਂ ਪਿੰਡ 'ਚ ਇੱਕ ਡਿਸਪੈਂਸਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਜਿਸ ਜਗ੍ਹਾ ਤੇ ਤੁਸੀਂ ਡਿਸਪੈਂਸਰੀ ਬਣਾ ਰਹੇ ਹੋ ਉਥੇ ਸਾਡੀ ਵੀ ਜਗ੍ਹਾ ਤੇ ਇਸ ਦੇ ਨਾਲ ਹੀ ਸਰਪੰਚ ਵੱਲੋਂ ਮੇਰੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਮੈਂ ਆਪਣੇ ਘਰ ਵਾਪਸ ਆ ਗਿਆ ਤੇ ਸੁਖਦੇਵ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੇਰੇ ਘਰ ਆ ਗਿਆ ਤੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦ ਮੈਂ ਮਕਾਨ ਦੀ ਛੱਤ ਵੱਲ ਨੂੰ ਭੱਜਣ ਲੱਗਾ ਤਾਂ ਇਹਨਾਂ ਮੇਰੇ ਉੱਤੇ ਇੱਕ ਫਾਇਰ ਵੀ ਕਰ ਦਿੱਤਾ ਤੇ ਮੈਂ ਬਾਲ-ਬਾਲ ਬਚ ਗਿਆ ਤੇ ਹੁਣ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਨੂੰ ਬੰਦਾ ਹੋਇਆ ਇਨਸਾਫ ਦਿੱਤਾ ਜਾਵੇ। ਮੇਰਾ ਨਾਮ ਸਰ ਲਵਲੀ ਕੁਮਾਰਾ ਪਿੰਡੋ ਗੁਰਗ ਤਹਿਸੀਲ ਨਾਲਾ ਡਿਸਟ੍ਰਿਕਟ ਅਮਰੀਕਾ ਸਰ ਮੈਂ 25 ਤਰੀਕ ਦੀ ਗੱਲ ਹੈ ਜੀ ਕੋਈ ਸਾਡੇ ਇੱਥੇ ਸਰਪੰਚ ਦਾ ਘਰ ਵਾਲਾ ਵਾ ਰਜਿੰਦਰ ਕੌਰ ਦਾ ਮੌਜੂਦਾ ਸਰਪੰਚੇ ਲੇਡੀ ਸਰਪੰਚੋ ਦਾ ਘਰ ਆ ਸਕਦੇਵ ਸਿੰਘ ਮੋਰ ਤੇ ਕੋਈ ਟੋ ਡਿਸਪੈਂਸਰੀ ਵੀ ਅਗਰਾ ਬਣਾ ਰਹੇ ਸੀ ਤੇ ਮੈਂ ਉਹਨਾਂ ਨੂੰ ਜਾਂਦੇ ਜਾਂਦਾ ਰਸਤੇ 'ਚ ਮਿਲਿਆ ਮੈਂ ਸਰ ਇੱਥੇ ਸਾਡਾ ਤਾਂ ਥਾਂ ਥਾਂ ਬੰਦਾ ਟੋਆ ਦਾ ਟੋ ਡਿਸਪੈਂਸਰੀ ਵੇਖ ਕੇ ਬਣਾਉ ਉਹ ਕਹਿੰਦਾ ਕੋਈ ਨਹੀਂ ਆਪਾਂ ਨਿਸ਼ਾਨਦਾ ਹੀ ਲਈ ਆ ਮੈਂ ਵੇਖ ਕੇ ਤੁਰਨ ਲੱਗਾ ਕੋਈ ਗੱਲ ਨਹੀਂ ਹੋਈ ਉੱਥੇ ਤੂੰ ਤੂੰ ਮੈਮ ਹੋਈ ਇਹਨਾਂ ਦੇ ਭਤੀਜੇ ਨਾਲ ਗੱਲ ਕਰਤੀ ਜੀ ਉਥੇ ਆਪਾਂ ਥੋੜਾ ਨਾ ਹੱਥੋਂ ਭਾਈ ਹੋ ਜਾਈ ਉਥੋਂ ਘਰੇ ਆ ਗਿਆ ਮੈਂ ਕੋਈ ਇਦਾਂ ਗੱਲਬਾਤ ਨਹੀਂ ਆਈ ਇਹਨਾਂ ਕੋਈ ਨਹੀਂ ਨੋ ਮੀਜ ਜਗ੍ਹਾ ਥੋੜੇ ਮੋੜਾ ਮੋੜਾ ਤੂ ਤੂ ਮੈਂ ਭਈ ਆ ਬਾਅਦ ਚ ਇਹਨਾਂ 12 ਵਜੇ ਆ ਗਏ ਮੈਨੇ ਸਰਪੰਚ ਨੇ ਨਾਲ ਬੰਦੇ ਕੋਈ ਅਨਮਿਸ਼ਾ ਤੇ ਬਾਹਰੋਂ ਲੈ ਕੇ ਤੇ ਮੇਰੇ ਘਰ ਆ ਗਏ ਨੇ ਹਮਲਾ ਕਰਤਾ ਜਦ ਕਿ ਮੈਨੂੰ ਇਹਨੇ ਕੁੱਟਿਆ ਮਾਰਿਆ ਵੀ ਇਹਨਾਂ ਦੇ ਨਾਲ ਸਰਪੰਚ ਨੇ ਕਿ ਸੁਖਦੇਵ ਸਿੰਘ ਆ ਉਹ ਸਰਪੰਚਨੀ ਦਾ ਘਰ ਵਾਲਾ ਜਿਹੜਾ ਸੁਖਦੇਵ ਸਿੰਘ ਉਹਨੇ ਕਿਹਾ ਵੀ ਇਹੋ लवली ਫੜ ਲਓ ਫਿਰ ਇਹਨਾਂ ਫਾਇਰਿੰਗ ਫੋਰਿੰਗ ਕੀਤੀ ਉੱਪਰ ਆ ਗਏ ਇੱਕੋ ਫਾਇਰ ਮਾਰਿਆ ਜੀ ਫਿਰ ਮੈਨੂੰ ਕੋਠੇ ਤੋਂ ਥੱਲੇ ਲੈ ਗਏ ਨ ਤੇ ਸੀਸੀਟੀ ਵੀ ਕੈਮਰੇ ਸਾਡੇ ਘਰੇ ਲੱਗੇ ਹੀ ਜੇ ਉਹਦੇ ਵਿੱਚ ਸਾਰੀ ਹੋਇਆ ਵਾ ਕੁਝ ਬਾਹਰੋਂ ਬੰਦੇ ਆਏ ਆ ਪਤਾ ਲੱਗਾ ਕੋਈ ਇਹਨਾਂ ਦੇ ਕੁੜਮੇ ਆਏ ਉਹਨਾਂ ਦੇ ਉਹ ਵੀ ਵੈਰੀਫਾਈ ਹੋ ਰਿਹਾ ਹੈ ਬਾਕੀ ਤਵਦੀਸ਼ ਕਰ ਰਹੇ ਸਾਰੋ ਨੇ ਤੇ ਮੈਂ ਇਹੋ ਚਾਹੁੰਦਾ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਕੱਲ ਬਾਅਦ ਚ ਜਦੋਂ ਸਾਰੇ ਪਰਚਾ ਦਰਜ ਕਰਾ ਕੇ ਵਾਪਸ ਆ ਰਹੇ ਸੀ ਇਹਨਾਂ ਦੇ ਮੰਡੇ ਫੇਰ ਸਾਨੂੰ ਆਪਣੇ ਰੋਕੇ ਪਿੰਡ ਦੇ ਘੇਰ ਲਿਆ ਸਾਰੋ ਨੇ ਸਾਨੂੰ ਮਗਰ ਭੱਜੇ ਮੈਂ ਕਣਕਾਂ ਵਿੱਚ ਦੀ ਭੱਜ ਕੇ ਆਪਣੀ ਜਾਨ ਬਚਾਈ ਆ ਕਿਉਂਕਿ ਜੀ ਉਹਦੇ ਵਿੱਚ ਵਰਿੰਦਰ ਸਿੰਘ ਸਾਨੂੰ ਬਲਦੇਵ ਸਿੰਘ ਅਮਨਦੀਪ ਸਿੰਘ ਸਨ ਆਫਧਰਾਵਾ ਦਾ ਇਹਨਾਂ ਦਾ ਭਾਈ ਆ ਇੱਕ ਇੱਕ ਸਰਤਾਜ ਮੰਡਾ ਪੋਆਲੀ ਤੋਂ ਇੱਕ ਜੱਟੇ ਪਛੀ ਦਾ ਘੋਗਾਵਾ ਮੰਡਾ ਜੀ ਨਾਲ ਉਹਦਾ ਇੱਕ ਭਰਾ ਆ ਬਾਕੀ ਅਨਪਛਤੇ ਤਿੰਨ ਜਣੇ ਦੋ ਗੱਡੀਆਂ ਪਰ ਮੈਂ ਆਪਣੀ ਭੱਜ ਕੇ ਜਾਨ ਬਚਾਈ ਆ ਉਹ ਵੀ ਸੀਸੀਟੀ ਵੀ ਕੈਮਰਾ ਹੀ ਕਢਵਾ ਲਿਆ ਜੀ ਗੱਲ ਮੌਕੇ ਤੇ ਡਿਫਟੀ ਸਾਹਿਬ ਸਾਰੇ ਐਸਐਚਓ ਸਾਹਿਬ ਸਾਰਿਆਂ ਨੇ ਮਤਕੀਤੀ ਆਏ ਜੀ ਬਾਕੀ ਉਹਨਾਂ ਦੀ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਆਪਣਾ ਜੋ ਵੀ ਬੰਦੀ ਨੇ ਤੇ ਕਾਰਵਾਈ ਮੈਂ ਕਰਉਣਾ ਚਾਹੁੰਦਾ ਵੀ ਵਾਤਵਾਤ ਕਰ ਮੈਨੂੰ ਇਹਨਾਂ ਤੋਂ ਖਤਰਾ ਵਾ ਕੱਲ ਨੂੰ ਮੇਰਾ ਜਾਲੀ ਮਾਲੀ ਦਾ ਨੁਕਸਾਨ ਜੋ ਵੀ ਹੋਗਾ ਤੇ ਜੋ ਮੇਰਾ ਸੁਖਦੇਵ ਸਿੰਘ ਹੋਊਗਾ ਜੀ ਹਾਂਜੀ ਚਾਹਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਆਪੇ ਪੁਲਿਸ ਪ੍ਰਸ਼ਾਸਨ ਤੋਂ ਸਾਰੇ ਇਹ ਮੰਗ ਕਰਦੇ ਆ ਕਿ ਸਰ ਜੋ ਵੀ ਇਹਨਾਂ ਦੇ ਬਸਕ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਠੀਕ ਹੈ ਇਹ ਕਹੀ ਜਾਂਦੇ ਵੀ ਸਾਨੂੰ ਕੋਈ ਅਰੈਸਟ ਨਹੀਂ ਕਰ ਸਕਦਾ ਆਉਂਦੇ ਆ ਰਾਤ ਗੱਡੀਆਂ ਲੈ ਕੇ ਫੇਰ ਕਦੀ ਆਉਣ ਨੂੰ ਚਲਚੰਦੀ ਕਦੀ ਇੱਥੇ ਪੈਗ ਲਾਉਂਦੇ ਨੇ ਸੈਸੀਟੀ ਵਗੈਰਾ ਸਭ ਕੁਝ ਸਾਡੇ ਕੋਲ ਹੈਗਾ ਇਹ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਨੇ ਜਲਦ ਤੋਂ ਜਲਦ ਕਾਰਵਾਈ ਅਰੈਸਟ ਕੀਤਾ ਜਾਵੇ ਗੋਲੀ ਗੋਲੀ ਚੱਲਦੀ ਕਿ ਮਾਮਲਾ ਤੇ ਕੀ ਕਾਰਵਾਈ ਹੋ ਉਸ ਦੀ ਕੇਸ ਰਜਿਸਟਰ ਕਰਤਾ ਜੇ 307 ਦਾ ਉਥੇ ਇੱਕ ਲੜਕਾ लवली ਉਹਨਾਂ ਦਾ ਕੋਈ ਗੜਿਆਂ ਤੋਂ ਲੈ ਕੇ ਕੋਈ ਪੰਚਾਇਤ ਨੇ ਨਿਸ਼ਾਨਦੇਹੀ ਕਰਾਈ ਸੀ ਕਿ ਉਥੇ ਡਿਸਪੈਂਸਰੀ ਦੇ ਤੇ ਉਹਦਾ ਇਹ ਹੈਗਾ ਸੀ ਕਿ ਮੇਰੀ ਵੀ ਇੱਥੇ ਜਗ੍ਹਾ ਨਿਕਲਦੀ ਆ ਉਹ ਇਸੇ ਗੱਲ ਨੂੰ ਲੈ ਕੇ ਬਾਅਦ ਵਾਦ ਹੋਇਆ ਤੇ ਫਿਰ ਜਦੋਂ ਗੱਲ ਵਧੀ ਤੇ ਉਹ ਦੂਸਰੀ ਪਾਰਟੀ ਉਹਦੇ ਘਰ ਚ ਦਾਖਲ ਹੋ ਗਈ ਅਸਲੇ ਲੈ ਕੇ ਤੇ ਉਹਦੀ ਮਾਰਕਡਾਈ ਕੀਤੀ ਤੇ ਇਸ ਸਬੰਧ ਕੇਸ ਦਰਜ ਕਰ ਦਿੱਤਾ ਜੀ ਫਾਈਲਿੰਗ ਵੀ ਹੋ ਗਈ ਸੀ ਉਹ ਤਸਦੀਕ ਕਰ ਰਹੇ ਆ ਜੀ ਉਹ ਤੇ ਕਿਹੜੀ ਕਿਹੜਾ ਹੁੰਦਾ ਤੁਹਾਨੂੰ ਮੈਂ ਬੰਦਨ ਕਰੂੰਗਾ 7 ਹੁੰਦਿਆਂ ਦੇ ਪਰਚਾ ਦਰਜ ਕੀਤਾ ਜੀ ਕਿਹੜੀ ਤਰ੍ਹਾਂ ਹੋਵੇ 307 ਦੇ ਤਾਂ ਜੀ